ਤੇ ਵੀ ਉੱਚਾ ਦਰ ਬਾਬੇ ਨਾਨਕ ਦਾ ਫਿਲਮ ਇਹ ਹੈ ਕਿਸ ਸਬਜੈਕਟ ਦੇ ਉੱਤੇ ਆ, ਇਹਦਾ ਮੋਟਿਵ ਕੀ ਆ, ਲੋਕਾਂ ਨੂੰ ਕਿਹੜੇ ਕਾਰਨਾਂ ਕਰਕੇ ਇਹ ਫਿਲਮ ਦੇਖਣ ਜਾ। ਇਸ ਸ਼ਬਦ ਦਾ ਸਿਮਰਨ ਕਰਿਆ ਕਰ, ਬਾਬੇ ਨਾਨਕ ਜੀ ਦੀ ਮਿਹਰ ਨਾਲ ਤੇਰਾ ਗੁੱਸਾ ਸ਼ਾਂਤ ਹੋ ਜੂ। ਜਦੋਂ ਬਣਾ ਰਹੇ ਸੀਗੇ ਸਾਨੂੰ ਫੀਲ ਹੋ ਰਿਹਾ ਸੀਗਾ ਕਿ ਪਰਮਾਤਮਾ ਸਾਡੇ ਨਾਲ, ਸਾਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਇੱਕ ਸ਼ਬਦ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਯੈਸ ਬਿਲਕੁਲ, ਤੁਸੀਂ ਬਿਲਕੁਲ ਸਹੀ ਸ਼ਬਦ, ਬਿਲਕੁਲ ਜੀ ਬਿਲਕੁਲ। ਘਰਾਂ ਦੇ ਵਿੱਚ ਫੈਮਲੀਆਂ ਟੁੱਟਦੀਆਂ ਹਨ, ਬੱਚਿਆਂ ਨਾਲ ਮਿਸਅੰਡਰਸਟੈਂਡਿੰਗ, ਇਹ ਉਹ ਹਸਬੈਂਡ ਵਾਈਫ ਦੀ ਆਪਸ ਮਿਸਅੰਡਰਸਟੈਂਡਿੰਗ, ਬਿਜ਼ਨਸ 'ਚ ਤੁਹਾਡੇ ਪੰਗੇ, ਅਤੇ ਉਹ ਸਾਰੇ ਦੇ ਵਿੱਚ ਇਹ ਜਿਹੇ ਮੈਸੇਜ ਤੁਹਾਨੂੰ ਇੱਕ ਹੋਰ ਸੋਹਣੀ ਦਿਸ਼ਾ ਵੱਲ ਨੂੰ ਤੋਰਨਗੇ। ਹਰ ਪ੍ਰੋਬਲਮ ਨੂੰ ਤੁਸੀਂ ਵਧੀਆ ਤਰ੍ਹਾਂ ਹੈਂਡਲ ਕਰ ਸਕੋਗੇ। ਉਹਦੇ ਵਿੱਚ ਕਹਿੰਦੇ ਆ ਕਿ ਮੈਂ ਗੁਰਦੁਆਰਾ ਸਾਹਿਬ ਵੀ ਜਾਂਦਾ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਹੋਰ ਮੈਂ ਕੀ ਕਰਾਂ, ਦੇਖੋ ਕਿੱਦਾਂ ਦੇ ਇਨਸਾਨ ਬਣ ਗਏ। ਮੋਸਟਲੀ ਇਨਸਾਨ ਅੱਜ ਕੱਲ ਪਰਮਾਤਮਾ ਨੂੰ ਵੀ ਆਪਾਂ ਦਿਖਾਉਂਦੇ ਹਾਂ ਕਿ ਉਹਨਾਂ ਤੇ ਅਸੀਂ ਬਈ ਉਹਨਾਂ ਨੂੰ ਜਿਤਾ ਰਹੇ ਹਾਂ ਵੀ ਮੈਂ ਆਹ ਕਰਦਾ ਤਾਂ ਵੀ ਮੇਰੇ ਨਾਲ ਆਹ ਫਲਾਨੀ ਚੀਜ਼ ਸਹੀ ਕਿਉਂ ਨਹੀਂ ਹੋ ਰਹੀ, ਜਾਂ ਮੇਰੇ ਨਾਲ ਕੁਛ ਬੁਰਾ ਕਿਉਂ ਹੋ ਰਿਹਾ। ਮੈਂ ਚਾਹੁੰਦੀ ਹਾਂ ਕਿ ਦਰਸ਼ਕ ਜ਼ਿਆਦਾ ਤੋਂ ਜ਼ਿਆਦਾ ਇਹ ਫਿਲਮ ਦੇਖਣ, ਪਰ ਆਪਣੇ ਪਰਿਵਾਰ ਦੇ ਨਾਲ ਦੇਖਣ, ਜਿੱਥੇ ਤੱਕ ਹੋ ਸਕਦਾ ਆਪਦੇ ਬੱਚਿਆਂ ਨੂੰ ਨਾਲ ਲੈ ਕੇ ਜਾਣ ਅਤੇ ਆਪਦੇ ਮਾਪਿਆਂ ਨੂੰ ਵੀ ਨਾਲ ਲੈ ਕੇ ਜਾਣ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਪਿਛਲੇ ਦਿਨੀ ਇੱਕ ਮੂਵੀ ਰਿਲੀਜ਼ ਹੁੰਦੀ ਹੈ ਉੱਚਾ ਦਰ ਬਾਬੇ ਨਾਨਕ ਦਾ, ਉਸ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਡੇ ਨਾਲ ਨੇ ਕਿਮੀ ਬਾਮਾ ਜੀ, ਉਹਨਾਂ ਨੂੰ ਪੁੱਛਦੇ ਹਾਂ ਵੀ ਉਹਨਾਂ ਦੀ ਇਸ ਫਿਲਮ ਦੇ ਵਿੱਚ ਕੀ ਭੂਮਿਕਾ। ਇਹ ਫਿਲਮ ਇਹ ਪੰਜਾਬੀ ਦੇਖਣ ਜਾਣ, ਕਿਉਂ ਦੇਖਣ ਜਾਣ, ਇਹਦੇ ਵਿੱਚ ਅਜਿਹੀ ਕਿਹੜੀ ਖਾਸੀਅਤ, ਸਾਰੀਆਂ ਗੱਲਾਂ ਬਾਤਾਂ ਆਪਾਂ ਫਿਲਮ ਦੀ ਬਾਬਤ ਕਰਦੇ ਹਾਂ। ਪਹਿਲੇ ਇਹਨਾਂ ਦਾ ਕਰੀਏ ਸਵਾਗਤ, ਪੰਜਾਬੀ ਲੋਕ 'ਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਪੰਜਾਬੀ ਲੋਕ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸੁਨਾਮ ਜੀ ਤੁਹਾਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂਜੀ, ਪਹਿਲੇ ਇਹ ਜੇ ਪੁੱਛੇ ਵੀ ਉੱਚਾ ਦਰ ਬਾਬੇ ਨਾਨਕ ਦਾ ਫਿਲਮ ਇਹ ਹੈ ਕਿਸ ਸਬਜੈਕਟ ਦੇ ਉੱਤੇ ਆ, ਇਹਦਾ ਮੋਟਿਵ ਕੀ ਹੈ, ਲੋਕਾਂ ਨੂੰ ਕਿਹੜੇ ਕਾਰਨਾਂ ਕਰਕੇ ਇਹ ਫਿਲਮ ਦੇਖਣ ਜਾਣ। ਪਹਿਲੀ ਗੱਲ ਤਾਂ ਇਹ ਹੈ ਜੀ, ਨੌ ਹੀ ਦੱਸਦਾ ਵਾ ਉੱਚਾ ਦਰ ਬਾਬੇ ਨਾਨਕ ਦਾ, ਇਹ ਬਿਲਕੁਲ ਗੁਰੂ ਮਹਾਰਾਜ ਦੀ ਫਿਲਾਸਫੀ ਤੇ ਉਹਨਾਂ ਨੇ ਜ਼ਿੰਦਗੀ ਜਿਉਣ ਦੇ ਬੜੇ ਸਿੰਪਲ ਸਿੱਧੇ ਰਾਹ ਦੱਸੇ ਨੇ, ਉਹਨਾਂ ਨੂੰ ਹੀ ਆਪਾਂ ਹੋਰ ਜ਼ਿਆਦਾ ਸਿੰਪਲੀਫਾਈ ਕਰਕੇ ਫਿਲਮ 'ਚ ਇੱਕ ਆਮ ਆਦਮੀ ਦੀ ਜ਼ਿੰਦਗੀ ਵਿੱਚ ਉਹ ਕਿੰਨੇ ਜ਼ਰੂਰੀ ਨੇ, ਕਿਵੇਂ ਜ਼ਰੂਰੀ ਨੇ, ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਬਹੁਤ ਮੈਂ ਚਾਹੁੰਦੀ ਹਾਂ ਕਿ ਦਰਸ਼ਕ ਜ਼ਿਆਦਾ ਤੋਂ ਜ਼ਿਆਦਾ ਇਹ ਫਿਲਮ ਦੇਖਣ, ਪਰ ਆਪਣੇ ਪਰਿਵਾਰ ਦੇ ਨਾਲ ਦੇਖਣ, ਜਿੱਥੇ ਤੱਕ ਹੋ ਸਕਦਾ ਆਪਦੇ ਬੱਚਿਆਂ ਨੂੰ ਨਾਲ ਲੈ ਕੇ ਜਾਣ ਅਤੇ ਆਪਦੇ ਮਾਪਿਆਂ ਨੂੰ ਵੀ ਨਾਲ ਲੈ ਕੇ ਜਾਣ। ਇਹ ਫਿਲਮ ਪੂਰੀਆਂ ਹਰ ਜਨਰੇਸ਼ਨ ਲਈ ਇੱਕ ਬੜਾ ਪਿਆਰਾ ਸੁਨੇਹਾ ਵਾ। ਸਾਨੂੰ ਸੁਨਾਮ ਜੀ ਮੈਂ ਸੱਚੀ ਕਹਿ ਰਹੀ ਹਾਂ, ਅਸੀਂ ਫਿਲਮ ਜਦੋਂ ਬਣਾ ਰਹੇ ਸੀਗੇ ਸਾਨੂੰ ਫੀਲ ਹੋ ਰਿਹਾ ਸੀਗਾ ਕਿ ਪਰਮਾਤਮਾ ਸਾਡੇ ਨਾਲ ਹੈ, ਆਲਦੋ ਹਮੇਸ਼ਾ ਹਰ ਵਕਤ ਨਾਲ ਹੁੰਦਾ, ਪਰ ਇਹ ਬਣਾਉਂਦੇ ਹੋਏ ਬਹੁਤ ਜ਼ਿਆਦਾ ਸਟਰੋਂਗਲੀ ਫੀਲ ਹੋਇਆ। ਅਤੇ ਮੈਂ ਚਾਹੁੰਦੀ ਹਾਂ ਕਿ ਦਰਸ਼ਕਾਂ ਨੂੰ
ਅੱਛੇ ਅਹਿਸਾਸ ਔਰ ਜ਼ਿੰਦਗੀ 'ਚ ਬਹੁਤ ਸਾਰੀਆਂ ਪ੍ਰੋਬਲਮਸ ਦੇ ਹੱਲ ਮਿਲਣਗੇ ਜਾਂ ਉਹਨਾਂ ਨੂੰ ਹੱਲ ਕਰਨ ਦੀ ਇੰਸਪੀਰੇਸ਼ਨ ਮਿਲੂਗੀ ਆਹ ਫਿਲਮ ਦੇਖ ਕੇ। ਸੋ ਡੈਫੀਨੇਟਲੀ ਤੁਸੀਂ ਕਿਹਾ ਵੀ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦੇ ਹੱਲ ਉਹਨਾਂ ਨੂੰ ਮਿਲਣਗੇ ਇਸ ਮੂਵੀ 'ਚ। ਟ੍ਰੇਲਰ ਜਦੋਂ ਅਸੀਂ ਦੇਖਦੇ ਹਾਂ ਉਹਦੇ ਵਿੱਚ ਨਾ ਦੋ ਕੁ ਸਵਾਲ ਆਉਂਦੇ ਆ, ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਹੈਗਾ। ਉਹਦੇ ਵਿੱਚ ਕਹਿੰਦੇ ਆ ਕਿ ਮੈਂ ਗੁਰਦੁਆਰਾ ਸਾਹਿਬ ਵੀ ਜਾਣਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਹੋਰ ਮੈਂ ਕੀ ਕਰਾਂ? ਇਹਦਾ ਜਵਾਬ ਕੀ ਦਿੱਤਾ ਉਹਦੇ ਵਿੱਚ? ਇਹ ਤਾਂ ਇਹੀ ਫਿਲਮ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਇੱਕ ਆਮ ਇਨਸਾਨ ਕਿਸ ਤਰ੍ਹਾਂ ਦੀ ਆਪਣੀ ਸੋਚ ਬਣ ਗਈ ਅੱਜ ਕੱਲ੍ਹ। ਇੱਕ ਤਾਂ ਆਪਾਂ ਬਾਬਾ ਜੀ ਨਾਲ ਆਪਣਾ ਰਿਸ਼ਤਾ ਆਹੀ ਹੈ ਕਿ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਆਹ ਮੰਗਣਾ ਕਿ ਬਾਬਾ ਜੀ ਸਾਡਾ ਘਰ ਵੱਡਾ ਬਣ ਜਾਵੇ, ਸਾਡਾ ਫਲਾਨਾ ਬੰਦੇ ਦਾ PR ਹੋ ਜਾਵੇ, ਆਹ ਹੋ ਜਾਵੇ, ਉਹ ਹੋ ਜਾਵੇ। ਅਸੀਂ ਬਾਬਾ ਜੀ ਤੋਂ ਚੀਜ਼ਾਂ ਮੰਗਣ ਲਈ ਹੀ ਗੁਰਦੁਆਰਾ ਸਾਹਿਬ ਜਾਂਦੇ ਹਾਂ, ਮਤਲਬ ਆਈ ਕਰਨ ਲੱਗ ਗਏ ਆਪਾਂ। ਦੇਖੋ ਕਿੱਦਾਂ ਦੇ ਇਨਸਾਨ ਬਣ ਗਏ ਆ, ਮੋਸਟਲੀ ਸਾਰੇ ਲੋਕ ਕਰਦੇ ਆ। ਤੇ ਦੂਜਾ ਇਹਦੇ ਵਿੱਚ ਇੱਕ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਇਨਸਾਨ ਅੱਜ ਕੱਲ੍ਹ ਪਰਮਾਤਮਾ ਨੂੰ ਵੀ ਆਪਾਂ ਦਿਖਾਉਂਦੇ ਹਾਂ ਕਿ ਉਹਨਾਂ 'ਤੇ ਅਸੀਂ ਵੀ ਉਹਨਾਂ ਨੂੰ ਜਤਾ ਰਹੇ ਹਾਂ ਵੀ ਮੈਂ ਆਹ ਕਰਦਾ ਤਾਂ ਵੀ ਮੇਰੇ ਨਾਲ ਆਹ ਫਲਾਨੀ ਚੀਜ਼ ਸਹੀ ਕਿਉਂ ਨਹੀਂ ਹੋ ਰਹੀ ਜਾਂ ਮੇਰੇ ਨਾਲ ਕੁਛ ਬੁਰਾ ਕਿਉਂ ਹੋ ਰਿਹਾ। ਤੇ ਇਹ ਜਵਾਬ ਆਪਾਂ ਮਤਲਬ ਕਿਹੋ ਜਿਹੀ ਆਪਣੇ ਸਾਰਿਆਂ ਦੀ ਨੇਚਰ ਹੈ ਕਿ ਆਪਾਂ ਅੱਜ ਕੱਲ੍ਹ ਇੱਕ ਹੈਗਾ ਵੀ ਤੇਰਾ ਭਾਣਾ ਮਿੱਠਾ ਲੱਗੇ ਤੇ ਆਪਾਂ ਹੋਰ ਤਰ੍ਹਾਂ ਦੀਆਂ ਚੀਜ਼ਾਂ ਕਰਨ ਲੱਗ ਗਏ ਹਾਂ। ਤੇ ਉਹਦੇ ਹੀ ਸਾਰੇ ਜਵਾਬ ਨੇ ਇਸ ਫਿਲਮ ਦੇ ਵਿੱਚ ਵੀ ਐਂ ਕਿਉਂ ਹੁੰਦਾ ਵਾ ਤੇ ਜੇ ਐਂ ਹੋ ਰਿਹਾ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ। ਮੋਸਟਲੀ ਸਲਾਮ ਜੀ, ਆਈ ਥਿੰਕ ਸਾਰਿਆਂ ਦੀ ਜ਼ਿੰਦਗੀ 'ਚ ਕੁਛ ਨਾ ਕੁਛ ਠੀਕ ਨਹੀਂ ਹੋ ਰਿਹਾ, ਕੁਛ ਨਾ ਕੁਛ ਹੈਗਾ ਜਿਹੜਾ ਉਹ ਚਾਹੁੰਦੇ ਆ ਕਿ ਐਂ ਹੋਵੇ ਆ ਹੋਵੇ। ਤਾਂ ਇਹ ਫਿਲਮ 'ਚ ਉਹਨਾਂ ਨੂੰ ਬਹੁਤ ਕਲੋਜ਼ਲੀ ਉਹਨਾਂ ਨੂੰ ਨਜ਼ਰ ਆਊਗਾ ਕਿ ਕੀ ਹੈਗਾ ਇਹ ਕਿ ਆਪਾਂ ਐਂ ਕਿਉਂ ਕਰ ਰਹੇ ਹਾਂ। ਤਨਵੀਰ ਜਗਪਾਲ ਜੀ ਦੇ ਨਿਰਮਾਤਾ ਨਿਰਦੇਸ਼ਕ ਇਹ ਮੂਵੀ ਬਣੀ ਹੈ ਤੇ ਉਸ ਦੇ ਵਿੱਚ ਜਦੋਂ ਉਹਨਾਂ ਦੀ ਅਸੀਂ ਮੂਵੀ ਦੇਖਦੇ ਹਾਂ ਦਾਣਾ ਪਾਣੀ, ਰੱਬ ਦਾ ਰੇਡੀਓ, ISIM ਸਟੂਡੈਂਟ, ਇਹ ਉਸੇ ਤਰ੍ਹਾਂ ਦੀ ਮੋਟੀਵੇਸ਼ਨਲ ਹੈ ਜਾਂ ਕੋਈ ਬਿਲਕੁਲ ਹਟ ਕੇ ਇਹਦਾ ਵਿਸ਼ਾ ਥੋੜ੍ਹ ਜਿਹਾ ਦੱਸਣ ਦੀ ਕਿਰਪਾਲਤਾ ਕਰੋਗੇ ਜਾਂ ਫਿਰ ਦੇਖਣੀ ਪੈਣੀ ਹੈ ਜਾ ਕੇ ਸਿਨੇਮੇ 'ਚ? ਓਕੇ, ਇਹ ਤਾਂ ਪੱਕਾ ਹੈਗਾ ਦੇਖਣੀ ਪੈਣੀ ਹੈ। ਪਰ ਬਾਕੀ ਤਰਨ ਹੋਣਾ ਦੀ ਗੱਲ, ਹੁਣ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਇਹ ਐਕਚੁਲੀ ਤਰਨ ਹੋਣਾ ਦੀ ਸੋਚ ਹੈ, ਕਾਫੀ ਸਾਰੀ ਚੀਜ਼ਾਂ ਉਹਨਾਂ ਦੀ ਸੋਚ ਹੈਗੀ ਹੈ। ਉਹ ਹਮੇਸ਼ਾ ਚਾਹੁੰਦੇ ਹੈ ਕਿ ਅਸੀਂ, ਮੈਂ ਵੀ ਇਹੀ ਸੋਚਦੀ ਹਾਂ ਕਿ ਜਦੋਂ ਅਸੀਂ ਫਿਲਮ ਬਣਾਉਂਦੇ ਹਾਂ ਤਾਂ ਫਿਲਮ ਦੇ ਵਿੱਚ ਕੁਛ ਨਾ ਕੁਛ ਮੈਸੇਜ ਹੋਣਾ, ਸੋਸਾਇਟੀ ਲਈ ਕੋਈ ਪੋਜ਼ਿਟਿਵਿਟੀ ਹੋਣੀ ਬਹੁਤ ਜ਼ਰੂਰੀ ਹੈ। ਇਹ ਤਰਨ ਨੇ ਨਾ ਉਹਨਾਂ ਨੇ ਸਿੱਧਾ ਕਿਹਾ ਸੀਗਾ, ਇੱਕ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ, ਉਹ ਕਹਿੰਦੇ ਵੀ ਜੇ ਵੀ ਆਪਣੀ ਗੱਲ ਆਪਾਂ 10 ਬੰਦਿਆਂ ਨਾਲ ਕਰਦੇ ਹਾਂ, ਉਹਨਾਂ ਨੂੰ ਆਪਣੀ ਸੋਚ ਬਾਰੇ ਦੱਸਦੇ ਹਾਂ ਜਾਂ ਉਹਨਾਂ ਨਾਲ ਗੱਲ ਕਰਦੇ ਹਾਂ ਤਾਂ ਆਪਾਂ ਸੋਚਦੇ ਵੀ ਇਹਨਾਂ 'ਤੇ ਕੁਛ ਅਸਰ ਹੋਣਾ ਚਾਹੀਦਾ ਪੋਜ਼ਿਟਿਵ। ਪਰ ਸਿਨੇਮਾ ਬਹੁਤ ਵੱਡਾ ਮੀਡੀਅਮ ਆ, ਇੱਕ ਵਾਰੀ ਦੇ ਵਿੱਚ 30 ਮਿਲੀਅਨ ਲੋਕ ਮੂਵੀ ਦੇਖਦੇ ਆ, ਤਾਂ ਜਿਹੜੀ ਗੱਲ ਆਪਾਂ 10-15 ਬੰਦਿਆਂ ਨੂੰ ਕਹਾਂਗੇ ਉਹ ਜੇ 30 ਮਿਲੀਅਨ ਲੋਕਾਂ ਤੱਕ ਪਹੁੰਚਾ ਸਕੀਏ ਤੇ ਉਹ ਪੋਜ਼ਿਟਿਵ ਗੱਲ ਹੋਵੇ ਤਾਂ ਕਿਉਂ ਨਾ ਕਰੀਏ, ਉਹ ਜ਼ਰੂਰ ਕਰਨਾ ਚਾਹੀਦਾ। ਤੇ ਉਹ ਇਹ ਉਹਨਾਂ ਦੇ ਸ਼ਬਦ ਨੇ ਤੇ ਨਾਲੇ ਤਰਨ ਹੁਣ ਉਹ ਕਹਿ ਰਹੇ ਸੀਗੇ ਵੀ ਮੈਂ ਤਾਂ ਚਾਹੁੰਦਾ ਕਿ ਪਰਮਾਤਮਾ ਮੇਰੇ ਤੋਂ ਇੱਦਾਂ ਦੀਆਂ ਫਿਲਮਾਂ ਹੀ ਬਣਵਾਉਂਦੇ ਰਹਿਣ।
ਮੈਂ ਨਹੀਂ ਚਾਹੁੰਦਾ ਕਿ ਮੈਂ ਹੋਰ ਤਰ੍ਹਾਂ ਦੇ ਸਬਜੈਕਟ ਬਣਾਵਾਂ, ਮੈਂ ਚਾਹੁੰਦਾ ਕਿ ਹਮੇਸ਼ਾ ਇੱਕ ਸੋਹਣਾ ਮੈਸੇਜ, ਸੋਹਣਾ ਸੁਸਾਇਟੀ ਦੇ ਵਿੱਚ ਮੈਸੇਜ ਆਉਣਾ ਚਾਹੀਦਾ। ਅਤੇ ਦੂਜਾ ਮੈਂ ਖੁਦ ਇਹ ਸੋਚਦੀ ਹਾਂ ਕਿ ਜੇ ਆਪਾਂ ਕਹਿੰਦੇ ਹਾਂ ਕਿ ਫਿਲਮਾਂ ਦਾ ਅਸਰ ਸੁਸਾਇਟੀ 'ਤੇ ਹੁੰਦਾ, ਫਿਲਮਾਂ ਦਾ ਅਸਰ ਲੋਕਾਂ 'ਤੇ ਹੁੰਦਾ, ਯੂਥ 'ਤੇ ਹੁੰਦਾ, ਅਤੇ ਜਿਹੜੀਆਂ ਮਾੜੀਆਂ ਫਿਲਮਾਂ ਬਣਦੀਆਂ ਨੇ, ਲੜਾਈ ਝਗੜੇ ਵੇ ਵੋ, ਅਤੇ ਆਪਾਂ ਕਹਿੰਦੇ ਹਾਂ ਵੀ ਇਹ ਤਾਂ ਗਲਤ ਅਸਰ ਹੋ ਰਿਹਾ। ਅਤੇ ਜੇ ਸੁਨਾਮ ਜੀ ਉਹ ਗੱਲ ਸਹੀ ਹੈ ਕਿ ਉਹ ਅਸਰ ਹੁੰਦਾ, ਤਾਂ ਫਿਰ ਅੱਛੀ ਫਿਲਮ ਦਾ ਅੱਛਾ ਅਸਰ ਵੀ ਹੋਊਗਾ ਨਾ। ਸਿੰਪਲ ਚੀਜ਼, ਫਿਰ ਤਾਂ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਮ 'ਚ ਸਾਡੇ ਜੋ ਅਸੀਂ ਕਰਦੇ ਹਾਂ ਉਹ ਅੱਛੀ ਹਮੇਸ਼ਾ ਪੋਜ਼ਿਟਿਵਿਟੀ ਵਾਲੀ ਫਿਲਮ ਹੋਵੇ। ਤਾਂ ਇਹ ਹੈਗਾ। ਇਹ ਦੱਸੋ ਤੁਹਾਡਾ ਇਸ ਫਿਲਮ ਦੇ ਵਿੱਚ ਕੀ ਭੂਮਿਕਾ, ਤੁਹਾਡਾ ਕਿਰਦਾਰ ਕੀ ਹੈ? ਮੇਰਾ ਕਿਰਦਾਰ, ਮੈਂ ਯੋਗਰਾਜ ਜੀ ਦੀ ਨੂੰਹ ਦਾ ਰੋਲ ਕਰ ਰਹੀ ਹਾਂ। ਸੋ ਸਰਬਜੀਤ ਚੀਮਾ ਜੀ ਮੇਰੇ ਹਸਬੈਂਡ ਨੇ ਤੇ ਮੈਂ ਉਹਨਾਂ ਦੀ ਡਾਟਰ ਇਨ ਲਾਅ, ਤੇ ਇਹ ਕਿਰਦਾਰ ਹੈ। ਸੋ ਕੋਸ਼ਿਸ਼ ਕੀਤੀ। ਤੁਹਾਡੀ ਭੂਮਿਕਾ ਬਾਰੇ ਥੋੜਾ ਦੱਸ ਸਕਦੇ? ਮੇਰੀ ਭੂਮਿਕਾ ਇੱਕ ਉਸ ਮਾਂ ਦੀ ਭੂਮਿਕਾ ਜੋ ਆਪਦੇ ਬੱਚੇ ਲਈ ਸਭ ਕੁਛ ਚਾਹੁੰਦੀ ਹੈ ਕਿ ਉਹ ਕਾਮਯਾਬ ਹੋਵੇ, ਵਧੀਆ ਚੀਜ਼ਾਂ ਕਰੇ, ਵਧੀਆ ਉਹਦੇ ਕੰਮ ਖੁੱਲਣ। ਅਤੇ ਨਾਲ ਦੀ ਨਾਲ ਇਹ ਜ਼ਰੂਰ ਕਹੂੰਗੀ ਲੋਕਾਂ ਨੂੰ, ਮੈਂ ਸਾਰਾ ਕੁਛ ਨਹੀਂ ਦੱਸ ਸਕਦੀ, ਕਿ ਲੋਕ ਕਿਸੇ ਨੇ ਵੀ ਮੈਨੂੰ ਇਸ ਤਰ੍ਹਾਂ ਦਾ ਕਿਰਦਾਰ ਕਰਦਿਆਂ ਪਹਿਲਾਂ ਕਦੇ ਨਹੀਂ ਦੇਖਿਆ। ਜਿੰਨੀਆਂ ਮੇਰੀਆਂ ਫਿਲਮਾਂ ਦੇਖੀਆਂ ਉਹਨਾਂ ਨੇ ਮੈਨੂੰ ਇੱਦਾਂ ਦੇ ਕਿਰਦਾਰ ਵਿੱਚ ਨਹੀਂ ਦੇਖਿਆ ਕਦੇ ਵੀ। ਅੱਛਾ, ਇਹ ਦੱਸਿਓ ਵੀ ਕਿਉਂਕਿ ਫਿਲਮ ਤੁਸੀਂ ਕਹਿੰਦੇ ਹੋ ਮੈਸੇਜ ਦਿੰਦੀ ਆ, ਮੋਟੀਵੇਸ਼ਨਲ ਹੈ, ਤੁਹਾਡੇ ਉੱਤੇ ਕੀ ਅਸਰ ਹੋਇਆ ਇਹ ਫਿਲਮ ਜੋ ਤੁਸੀਂ ਸ਼ੂਟਿੰਗ ਕਰ ਰਹੇ ਸੀ, ਫਿਲਮ ਕੰਪਲੀਟ, ਤੁਸੀਂ ਆਪਣੇ ਆਪ ਦੇ ਵਿੱਚ ਕੀ ਚੇਂਜ ਮੰਨਦੇ ਹੋ? ਮੈਂ ਇੱਕ ਚੇਂਜ ਡੈਫੀਨੇਟਲੀ ਮੰਨੀ ਹੈ। ਮੈਂ ਓਵਰਆਲ ਹਮੇਸ਼ਾ ਬਹੁਤ ਬਿਲੀਵ ਕਰਦੀ ਹਾਂ ਕਿ ਆਪਣੇ ਨਾਲ ਆਪਾਂ ਜੋ ਵੀ ਕਰ ਰਹੇ ਹੁੰਦੇ ਹਾਂ ਪਰਮਾਤਮਾ ਦੇਖ ਰਹੇ ਹਾਂ। ਬਾਬਾ ਜੀ ਹੈ ਨਾ, ਜੋ ਵੀ ਤੁਹਾਡੇ ਮਨ 'ਚ ਬਾਬਾ ਜੀ ਹੈਗੇ ਨੇ, ਉਹ ਕੋਈ ਯਿਸੂ ਮਸੀਹ ਹੋ ਸਕਦਾ, ਕੁਛ ਹੋਰ ਹੋ ਸਕਦਾ, ਕੋਈ ਵੀ, ਪਰ ਮੈਂ ਬਿਲੀਵ ਹਮੇਸ਼ਾ ਕਰਦੀ ਹਾਂ ਕਿ ਮੇਰੇ ਨਾਲ ਰੱਬ ਦਾ ਹੱਥ ਮੇਰੇ 'ਤੇ ਹੈਗਾ ਹਮੇਸ਼ਾ। ਅਤੇ ਹੁਣ ਤਾਂ ਜ਼ਿੰਦਗੀ ਦੇ ਵਿੱਚ ਹੈ ਨਾ ਕਿ ਕਈ ਵਾਰੀ ਤੁਹਾਡੇ ਨਾਲ ਅੜਚਣਾ ਵੀ ਆਉਂਦੀਆਂ ਨੇ, ਕਈ ਵਾਰੀ ਕੋਈ ਤੁਹਾਡੇ ਨੇੜੇ ਦੇ ਲੋਕ ਪੂਰੇ ਹੋ ਜਾਂਦੇ, ਦਰਦ ਵੀ ਹੁੰਦਾ, ਪਰ ਮੈਨੂੰ ਹਮੇਸ਼ਾ ਸੀਗਾ ਕਿ ਨਹੀਂ ਪਰਮਾਤਮਾ ਮੇਰੇ ਨਾਲ ਹੈ। ਤੇ ਇਹ ਫਿਲਮ ਦੀ ਸ਼ੂਟਿੰਗ ਤੋਂ ਬਾਅਦ, ਇਹ ਫਿਲਮ ਕਰਦਿਆਂ ਹੋਇਆ, ਸੁਨਾਮ ਜੀ ਮੈਂ ਸੱਚੀ ਕਹਿੰਦੀ ਹਾਂ, ਜੋ ਮੈਂ ਸੋਚਦੀ ਸੀ ਨਾ ਉਹਦਾ ਕਹਿ ਲਓ ਤੁਸੀਂ ਲੱਖਾਂ ਗੁਣਾ ਮਲਟੀਪਲਾਈ ਹੋ ਗਿਆ। ਮਤਲਬ ਮੈਨੂੰ ਵਾਕਈ ਫੀਲ, ਹੁਣ ਪਹਿਲਾਂ ਵੀ ਹੁੰਦਾ ਸੀ, ਹੁਣ ਮੈਨੂੰ ਬਹੁਤ ਜ਼ਿਆਦਾ ਫੀਲ ਹੁੰਦਾ ਕਿ ਹਰ ਤੁਹਾਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਇੱਕ ਸ਼ਬਦ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਯੈਸ, ਬਿਲਕੁਲ, ਤੁਸੀਂ ਬਿਲਕੁਲ ਸਹੀ ਸ਼ਬਦ, ਬਿਲਕੁਲ ਜੀ, ਬਿਲਕੁਲ, ਡੈਫੀਨੇਟਲੀ, ਡੈਫੀਨੇਟਲੀ। ਔਰ ਇਹ ਆਈ ਥਿੰਕ ਇਹੀ ਰੀਜ਼ਨ ਹੈਗਾ ਕਿ ਬਈ ਅਸੀਂ ਚਾਹੁੰਦੇ ਹਾਂ ਕਿ ਲੋਕ ਫੀਲ ਕਰਨ ਕਿ ਬਈ ਜੋ ਵੀ ਤੁਹਾਡੀ ਪ੍ਰੋਬਲਮ ਹੈ। ਕਈ ਵਾਰੀ ਨਾ ਘਰਾਂ 'ਚ ਬੜੇ ਪੁਆੜੇ ਪਏ ਹੁੰਦੇ ਨੇ, ਮੂਵੀ 'ਚ ਦਿਖਾਇਆ ਅਸੀਂ ਕਾਫੀ ਕੁਛ, ਅਤੇ ਘਰਾਂ ਦੇ ਵਿੱਚ ਫੈਮਲੀਆਂ ਟੁੱਟਦੀਆਂ ਨੇ, ਬੱਚਿਆਂ ਨਾਲ ਮਿਸਅੰਡਰਸਟੈਂਡਿੰਗ, ਯੇ ਵੋ, ਹਸਬੈਂਡ ਵਾਈਫ ਦੀ ਆਪਸ 'ਚ ਮਿਸਅੰਡਰਸਟੈਂਡਿੰਗ, ਬਿਜ਼ਨਸ 'ਚ ਤੁਹਾਡੇ ਪੰਗੇ, ਅਤੇ ਉਹ ਸਾਰੇ ਦੇ ਵਿੱਚ ਇਹ ਜਿਹੇ ਮੈਸੇਜ ਤੁਹਾਨੂੰ ਇੱਕ ਹੋਰ ਸੋਹਣੀ ਦਿਸ਼ਾ ਵੱਲ ਨੂੰ ਤੋਰਨਗੇ। ਹਰ ਪ੍ਰੋਬਲਮ ਨੂੰ ਤੁਸੀਂ ਵਧੀਆ ਤਰ੍ਹਾਂ ਹੈਂਡਲ ਕਰ ਸਕੋਗੇ, ਡੈਫੀਨੇਟਲੀ, ਇਹ ਮੇਰਾ ਪੂਰਾ ਯਕੀਨ ਹੈ। ਇਸ ਫਿਲਮ ਦੇ ਵਿੱਚ ਹੋਰ ਕਿਹੜੇ ਕਿਹੜੇ ਅਦਾਕਾਰ ਜਿਹੜੇ ਭੂਮਿਕਾ ਨਿਭਾ ਰਹੇ? ਇਹਦੇ ਵਿੱਚ ਯੋਗਰਾਜ ਜੀ ਨੇ, ਤੇ ਬਹੁਤ ਹੀ ਇੱਕ ਹੋਰ ਉਮਦਾ ਕਲਾਕਾਰ ਦੇਵ ਖਰੌੜ ਜੀ, ਜਿਨ੍ਹਾਂ ਦਾ ਐਕਟਿੰਗ ਦਾ ਲੋਹਾ ਸਾਰੇ ਮੰਨਦੇ ਨੇ, ਬਹੁਤ ਵਧੀਆ ਐਕਟਰ ਨੇ ਉਹਨੇ, ਤੇ ਕਮਲਜੀਤ ਨੀਰੂ ਜੀ ਨੇ, ਐਂਡ ਹੋਰ ਅਸੀਂ ਨਵੇਂ ਐਕਟਰਸ ਨੂੰ ਵੀ ਇਸ ਫਿਲਮ ਦੇ ਵਿੱਚ ਕਾਫੀ ਚਾਂਸ ਦਿੱਤਾ, ਉਹ ਵੀ ਹੈਗੇ ਨੇ, ਹਰਬੀ ਸੰਘਾ, ਮਲਕੀਤ ਰਾਣੀ, ਤੇ ਕਾਫੀ
ਬੜੇ ਰਿਸਪੈਕਟਡ ਐਕਟਰ ਨੇ ਸਾਰੇ। ਬਹੁਤ ਧੰਨਵਾਦ ਜੀ, ਕੋਈ ਮੈਸੇਜ ਖਾਸ ਦੇਣਾ ਚਾਹੋ? ਲਾਸਟ ਮੈਸੇਜ ਇਹੀ ਜੋ ਪਹਿਲੋਂ ਕਹਿ ਕੇ ਹਟੀ ਹੈ ਕਿ ਪਲੀਜ਼ ਤੁਸੀਂ ਜ਼ਰੂਰ ਜਾ ਕੇ ਸਿਨੇਮਾ ਘਰ ਦੇ ਵਿੱਚ ਫਿਲਮ ਦੇਖੋ ਔਰ ਆਪਣੀ ਫੈਮਿਲੀ ਨੂੰ ਨਾਲ ਲੈ ਕੇ ਜਾਓ ਤੁਹਾਨੂੰ, ਔਰ ਡੈਫੀਨੇਟਲੀ ਤੁਸੀਂ ਫਿਲਮ ਦੇਖ ਕੇ ਤੁਸੀਂ ਉਹਦਾ ਰਿਵਿਊ ਮੈਨੂੰ ਭੇਜੋ, ਤੁਸੀਂ ਵੀਡੀਓ ਬਣਾ ਮੈਨੂੰ ਦੱਸੋ ਤੁਹਾਨੂੰ ਕਿਆਸੀ ਲੱਗੀ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪਤਾ ਲੱਗੇ ਲੋਕਾਂ ਤੋਂ ਡਾਇਰੈਕਟਲੀ ਕਿ ਜੋ ਸਾਡੀ ਸੋਚ ਹੈ ਉਹ ਲੋਕਾਂ ਤੱਕ ਪਹੁੰਚੀ ਹੈ, ਤੇ ਇਹੀ ਕਹੂੰਗੀ ਮੈਂ। ਬਹੁਤ ਧੰਨਵਾਦ ਜੀ, ਪੰਜਾਬੀ ਲੋਕ ਚੈਨਲ ਨਾਲ ਤੁਸੀਂ ਗੱਲਬਾਤ ਕੀਤੀ, ਆਪਣਾ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਿਆ, ਅਸੀਂ ਤੁਹਾਡੇ ਸ਼ੁਕਰਗੁਜ਼ਾਰ। ਥੈਂਕ ਯੂ ਸਨਮ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਾਂ ਕਰਕੇ, ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।